यू आकाशवाणी जम्मू है मोहम्मद अकरम चौधरी ते खबर सुनो ਲੋਕ ਸਭਾ ਚਨਾਓ 2024 ਦਾ ਚੌਥਾ ਮرحله ਦੇ ਤਹਿਤ ਸ਼੍ਰੀਨਗਰ ਸਮੇਤ 96 ਲੋਕ ਸਭਾ ਨਿਸ਼ਿਸ਼ਤਾਂ 'ਤੇ ਚਨਾਓ ਇਸ ਮਹੀਨਾ ਦੀ 13 ਤਾਰੀਖ ਨੂੰ ਹੋਣ ਜਾ ਰਹੇ ਹਨ ਵਾਜ਼ਿਰ ਹੈ ਜਿ ਇਹ ਪਾਰਲੀਮੈਂਟ ਨਿਸ਼ਿਸ਼ਤ 10 ਰਿਆਸਤਾਂ ਤੇ ਇੱਕ ਕੇਂਦਰੀ ਇੰਤਜ਼ਾਮ ਇਲਾਕਾ ਮਾ ਫੈਲੀ ਹੋਈ ਹੈ ਤੇ ਇਸ ਮرحله ਮਾ ਚਨਾਵੀ ਮੁਹਿੰਮ ਅੱਜ ਖਤਮ ਹੋ ਜਾਏਗੀ इस में आंध्र प्रदेश की पंजी पारलियामानी नशिस्त तेलंगाना की सतारा तो नशिस्तों उत्तर प्रदेश की तेरह महाराष्ट्र की ग्यारह मध्य प्रदेश की अट्ठ मगर बंगाल की अट्ठ बिहार की पंज झारखंड चार पर वोट कर लिया जाएगा तो इस दौरान उड़ीसा की चार जम्मू कश्मीर की एक नशिस्त पर भी इस मरहला में वोट कर लिया जाएगा ਲਗਭਗ ਤਰੇਧੀਆਂ ਬਾਅਦ ਵਾਦੀ ਕਸ਼ਮੀਰ ਮਾਂ ਦੁਬਾਰਾ ਤੇ ਚਨਾਵੀ ਸਰਗਰਮੀ ਦੇਖੀ ਜਾ ਰਹੀ ਹੈ ਤੇ ਇਸ ਦੌਰਾਨ ਰੈਲੀ ਤੇ ਚਨਾਵੀ ਮੋਹਿੰਮ ਨਾਲ ਲੋਕਾਂ માં ਕਾਫੀ ਜੋਸ਼ ਉਖਰੋਸ਼ ਦੇਖਿਆ ਜਾ ਰਿਹਾ ਹੈ ਤੇ ਲੋਕ ਵੋਟ ਕੱਲਣ ਵਾਸਤੇ ਬੇਕਰਾਰ ਨਜ਼ਰ ਆ ਰਹੇ ਆਂ ਇਸ ਤੋਂ ਜੋ ਪੱਤੋ ਚੱਲਿਆ ਜੇ ਇਸ ਤੋਂ ਪਹਿਲਾਂ ਗ ਚਨਾਵਗ ਮੁਕਾਬਲੇ ਇਸ ਬਾਰ ਕਾਫੀ ਤਦਾਦ ਮਾ ਲੋਕ ਚਨਾਵ ਮਾ ਹਿੱਸੂ ਲੇਂਗਾ دہشت ਗਰਦਨ ਨਾਲ ਹਾਲੀਆ ਟਾਕਰਾ ਜਿਸ ਮਾ دہشت ਗਰਦਨ ਅਹਲਾਕ ਕਿਉ ਬਿਉ ਤੋ ਯਾ ਬਾਵਜੂਦ ਚਨਾਵੇਰੇ ਲਈ ਜਾਰੀ ਹੈ ਵਾਜ਼ਰੇ ਜਿਸਰੀ ਨਗਰ ਪਾਰਲੀਮਾਨੀ ਹਲਕਾ ਮਾ ਚੌਥਾ ਮਹਿਲਾ ਕੇ ਤੈਤ ਸਵਾਰੇ ਵੋਟ ਕਰ ਲਿਆ ਜਾਏਗਾ ਇਸ਼ਨ ਸਿਸਤ ਮਾ ਤਕੂਨੀ ਮੁਕਾਬਲੇ ਨੈਸ਼ਨਲ ਕਾਨਫਰੰਸ ਆਪਣੀ ਪਾਰਟੀ ਤੇ ਪੀਪਲ ਡੈਮੋਕ੍ਰੈਟਿਕ ਪਾਰਟੀ ਦੇ ਦਰਮਿਆਨ ਹੋ ਰਹੀ ਹੋਇਆ ਚੋਣਵੀ ਮੋਹਿੰਮ ਦੇ ਦਰਮਿਆਨ ਮੋਟਰਸਾਈਕਲਾਂ ਤੇ ਗੱਡੀਆਂ ਲਾਰੀਆਂ ਦੀ ਰੰਗ-ਬਰੰਗੀ ਕਾਣਵਾਈ ਵਾਦੀਗਾ ਗਰਾਇਆ ਤੇ ਕਸਬੇ ਅੰਦਰ ਦਾਖਲ ਹੋ ਰਹੀ ਹੈ ਤੇ ਲੋਕ ਇਨ ਇਲਾਕਾ ਮਾ ਉਮੀਦਵਾਰਾਂ ਦੀ ਚਲਕ ਦੇਖਣ ਵਾਸਤੇ ਕਤਾਰਾਂ ਮਾ ਦੇਖਿਆ ਜਾ ਰਹੇ ਹਨ ਵਾਜ਼ਰੇ ਜੀ ਇਸ ਮਾ ਕਈ ਇਲਾਕਾ دہشت ਗਰਤੀ ਤੋਂ متاثر ਇਲਾਕਾ ਹੈ ਜਿੰਨਾ ਇਸ ਤੋਂ ਪਹਿਲਾਂ ਆਮ ਦਾਇਰਾ ਵਾਸਤੇ ਨੋਗੋਜ਼ੂਨ ਗਾਤੋਰ ਵਰਜਾਨੇ ਹੋਇਆ ਜਤ ਹੋ ਤੇ ਇਸ ਤੋਂ ਬਾਅਦ दो हजार उन्नी का लोकसभा चुनाव में नेशनल कॉन्फ्रेंस का सदर डॉक्टर फारूक अब्दुल्ला ने श्रीनगर सीट ते एक लख छ सात सौ वोटा नाल जीत हासिल की थी जिसमें महज चौदह एक फीसद की गई थी मजकूरा पार्लियामानी नशिश्त में सतारा लख चाली हजार त मदद ने जिनमें अठ लख सत्तर हजार कल सीरी तहत सारा लोगों की ऐसी तादाद है जिन्हें इसते पहला कदें वोट नहीं करो थो वरवे हुन बड़ा वोट कलन को इंतज़ार कर रहे हैं। डिवीज़नल कमिश्नर जम्मू रामेश कुमार ने महकमाल का दौरान ना हदायत की है जे जमीनी सतह पर लगातार दौरो करें त मह माल की ऑनलाइन खिदमत न वे सर मुहैया कराया जाना न यकीनी बनावें ਤੇ ਇਸ ਕੇ ਨਾਲ ਨਾਲ ਵਕਤ ਵਿਰ ਆਵਾਮੀ ਸ਼ਿਕਾਇਤ ਕੋ ਨਿਮੇੜੋ ਕਰੇ ਪਿਛਲੇ ਤਿਆੜੇ ਜੰਮੂ ਮਾ ਮਹਿਕਮਾ ਮਾਲ ਕੀ ਇੱਕ ਜਾਇਜ਼ਾ ਮੀਟਿੰਗ ਹੀ ਸਦਾਰਤ ਕਰਤਾ ਉਹਨਾਂ ਨੇ ਇੰਜ਼ਾਮੀ ਨਿਜ਼ਾਮ ਮਾ ਮਹਿਕਮਾ ਮਾਲ ਦਾ ਖਾਸ ਕਿਰਦਾਰ ਨਾ ਉਜਾਗਰ ਕੀਓ ਤੇ ਕਿਉ ਜੇ ਆਵਾਮ ਦਾ ਮਸਾਇਲ ਨਾ ਹਸਾਸੀਅਤ ਗੈਰ ਜਾਨਬਦਾਰੀ ਤੇ ਅਹਿਲੀਅਤ ਨਾਲ ਨਿਮੜਨ ਵਿਰ ਜ਼ੋਰ ਪਾਇਓ ਗਿਓ ਮੀਟਿੰਗ ਮਾ ਡਿਪਟੀ ਕਮਿਸ਼ਨਰ ਜੰਮੂ ਐਡੀਸ਼ਨਲ ਡਿਸਟ੍ਰਿਕਟ ਮੈਜਿਸਟ੍ਰੇਟ ਏਸੀਆਰ ਐਸਡੀਐਮਸ ਤੇ ਜੰਮੂ ਜ਼ਿਲ੍ਹਾ ਦਾ ਤਹਿਸੀਲਦਾਰ ਸ਼ਾਮਿਲ ਰਿਆ ਡਿਪਟੀ ਕਮਿਸ਼ਨਰ ਡੋਡਾ ਹਰਵਿੰਦਰ ਸਿੰਘ ਨੇ ਗੁਜ਼ਰਤਾ ਰੋਜ਼ ਗਥਾ پارک ਬਦਰਵਾ ਮਾ ਸ਼ਰਾਕਤਦਾਰਾਂ ਦੀ ਇੱਕ ਜਾਮਾ مشاورتی ਮੀਟਿੰਗ ਦੀ ਸਦਾਰਤ ਕੀਤੀ ਜਿਸਮਾ ਜ਼ਿਲ੍ਹਾ ਮਾ ਸਫਾਈ ਔਰ ਸਿਆਹਤੀ ਸੂਲਿਆਤ ਨਾਬਾਦੋਦਨ ਵਰਤੋ ਜਮਰਕੂਜ਼ ਕੀ ਗਈ ਜਿੰਮਾ ਖਾਸ ਤੌਰ ਪਰ ਮਸ਼ਹੂਰ ਸਿਆਹਤੀ ਮਕਾਮਾਤ ਜਿੰਮਾ ਗੁਲਦੰਦਾ ਪਦਰੀ ਤੇ ਜੈਵੈਲੀ ਸ਼ਾਮਿਲ ਹੈ ਇਸ ਦੌਰਾਨ ਇਸਤਮਾਨ ਅਲ ਖਿਤਾਬ ਮਾ ਡੀਸੀ ਡੋਡਾ ਨੇ 18 ਔਰ 19 ਮਈ ਨਾ ਜੈਵੈਲੀ ਔਰ ਗੁਲਡੰਡਾ ਮਾ ਸਵਸਤਾ ਅਭਿਆਨ ਦੇ ਨਾਲ ਸ਼ੁਰੂ ਹੋਣ ਆਲਾ ਕਲੀਨ ਬਦਰਵਾ ਗ੍ਰੀਨ ਬਦਰਵਾ ਪਹਿਲ ਸ਼ੁਰੂ ਕਰਨ ਵਾਸਤੇ ਜ਼ਰੂਰੀ ਤਾਵਨ ਵਿਰ ਜ਼ੋਰ ਪਾਇਓ ਮੀਟਿੰਗ ਮਾ ਸਿਹਾਤੀ ਮਕਾਮਾਤ ਵਿਰਜਾਨ ਆਲੀ ਹਰ ਇੱਕ ਗੱਡੀ ਨਾ ਕਲੀਨ ਬਦਰਵਾ ਗ੍ਰੀਨ ਬਦਰਵਾ ਗਾ ਲੋਗੋ ਨਾਲ ਮਾਹੌਲ ਦੋਸਤ ਕੈਰੀ ਬੈਗ ਦੇਣ ਕੋ ਫੈਸਲੋ ਵੀ ਲਿਓ ਗਿਓ ਹੈ जम्मू कश्मीर वक्फ बोर्ड की चेयरपर्सन डॉक्टर सईद दक्षणा अंद्राबी ने गु़शत रोज़ मैंडर गो दौरा ला गया उत ज़िला पुंछ का सरहदी इलाका सखी मैदान मां सखी पीर छोटे शाह की ज्यारतवर अकीदतमंदा वास्ते सहूलियत को जायज़ो लियो अपना दौरा के दौरान डॉक्टर दक्षणा अंद्राबी ने अमला ना हदायत की जे जायरीन वास्ते इंतज़ाम बेहतर बनावे इस दौरान उनके हमरा वक्फ बोर्ड का सी ओ डाक्टर आमिर त बोर्ड का इंतज़ामी रफ़ीक चश्ती भी था मोहरमा इंद्राबी ने जियारत शरीफ का वक्फ अमला की एक मीटिंग की तलब की और उत मौकविर ही जायरीन वास्ते सहूलियत ना मजीद बेहतर बनाने वास्ते एहकाम जारी किया इस दौरान उन्होंने मकामी महबी उमायक्राम नाल भी मीटिंग की देही तरक्यात महकमा का सेक्रेटरी शाहिद इकबाल चौधरी ने गुज्तर रोज़ महात्मा गांधी नेशनल रूरल इम्प्लायमेंट गारंटी एक्ट मरबूत पनधारा इंतजाम के दरमियान मेल मिलाप मनसूबा की अमलावरी बारे सूरत हाल को जायजो लियो है इसके नाली गोजरी में खबर हुई बुलेटिन खत्म हुआ